ਸਾਧ ਸੰਗਤ ਜੀਓ ਸਹੀ ਅਰਥਾਂ ਵਿੱਚ ਬਾਲ ਗੁਰੂ ਦਾ ਗੱਦੀ ਉੱਤੇ ਬੈਠਣਾ ਸਿੱਖਾਂ ਦੇ ਸਿਦਕ ਦੀ ਪਰਖ ਸੀ। ਇੱਕ ਪਾਸੇ ਮਿਹਰਮਾਨ ਗੱਦੀ ਲਾ ਕੇ ਬਹਿੰਦਾ ਸੀ, ਦੂਜੇ ਪਾਸੇ ਧੀਰ ਮੱਲ ਵੀ ਗੁਰੂ ਬਣਿਆ ਬੈਠਾ ਸੀ, ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਉਸਦੇ ਕੋਲ ਸੀ, ਤੀਜੇ ਪਾਸੇ ਰਾਮ ਰਾਏ ਗੁਰੂ ਬਣ ਬੈਠਾ। ਸਮੁੱਚੇ ਤੌਰ 'ਤੇ ਸਿੱਖਾਂ ਦਾ ਅਡੋਲ ਰਹਿਣਾ ਉਸ ਮਿਹਨਤ ਦਾ ਫਲ ਸੀ ਜੋ ਪਹਿਲੇ ਗੁਰਾਂ ਨੇ ਕੀਤੀ ਸੀ। ਸਿੱਖ ਸੰਗਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਗੁਰੂ ਮੰਨਦੀਆਂ ਰਹੀਆਂ। ਰਾਮ ਰਾਏ ਦੇ ਮਸੰਦਾਂ ਨੇ ਸੰਗਤਾਂ ਨੂੰ ਪ੍ਰੇਰਨ ਦਾ ਬੜਾ ਯਤਨ ਕੀਤਾ, ਪਰ ਉਹ ਸਿੱਖਾਂ ਨੂੰ ਮਗਰ ਲਾਉਣ ਵਿੱਚ ਸਫਲ ਨਾ ਹੋਏ। ਇਸ ਪਾਸਿਓਂ ਨਿਰਾਸ਼ ਹੋ ਕੇ ਰਾਮ ਰਾਏ ਨੇ ਫਿਰ ਔਰੰਗਜ਼ੇਬ ਦਾ ਆਸਰਾ ਲਿਆ। ਉਹਨੇ ਬਾਕਾਇਦਾ ਅਰਜ਼ੀ ਦਿੱਤੀ ਕਿ ਗੁਰੂ ਹਰਕ੍ਰਿਸ਼ਨ ਨੂੰ ਦਰਬਾਰ ਵਿੱਚ ਬੁਲਾ ਕੇ ਬਾਦਸ਼ਾਹ ਆਪ ਗੁਰਗੱਦੀ ਦਾ ਫੈਸਲਾ ਕਰੇ। ਸਿੱਖਾਂ ਵਿੱਚ ਜਿੰਨੀ ਫੁੱਟ ਵਧੇ ਬਾਦਸ਼ਾਹ ਨੂੰ ਓਨਾ ਹੀ ਫਾਇਦਾ ਸੀ। ਸੋ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਬੁਲਾ ਕੇ ਹੁਕਮ ਕੀਤਾ ਕਿ 8ਵੇਂ ਗੁਰਾਂ ਨੂੰ ਦਿੱਲੀ ਦਰਬਾਰ 'ਚ ਪੇਸ਼ ਕਰੋ ਤਾਂ ਕਿ ਦੋਵਾਂ ਭਰਾਵਾਂ ਦੀਆਂ ਦਲੀਲਾਂ ਸੁਣ ਕੇ ਗੁਰਗੱਦੀ ਦਾ ਫੈਸਲਾ ਕੀਤਾ ਜਾ ਸਕੇ। ਪਰ ਰਾਜਾ ਜੈ ਸਿੰਘ ਔਰੰਗਜ਼ੇਬ ਦੇ ਖਾਸ ਅਫਸਰਾਂ ਵਿੱਚੋਂ ਸੀ। ਇਹਨੂੰ ਬਾਦਸ਼ਾਹ ਵੱਲੋਂ ਮਿਰਜ਼ਾ ਦਾ ਖਿਤਾਬ ਦਿੱਤਾ ਗਿਆ ਸੀ। ਇਹ ਗੁਰੂ ਘਰ ਦਾ ਵੀ ਸ਼ਰਧਾਲੂ ਸੀ। ਉਹਨੇ ਬਾਦਸ਼ਾਹ ਵੱਲੋਂ ਭਰੋਸਾ ਲਿਆ ਕਿ ਗੁਰੂ ਸਾਹਿਬ ਨੂੰ ਕੋਈ ਕਸ਼ਟ ਨਹੀਂ ਪਹੁੰਚਾਇਆ ਜਾਏਗਾ। ਰਾਜਾ ਜੈ ਸਿੰਘ ਨੇ ਆਪਣਾ ਦੀਵਾਨ ਕੀਰਤਪੁਰ ਸਾਹਿਬ ਭੇਜਿਆ। ਉਹਦੇ ਹੱਥ ਦਿੱਲੀ ਦੀ ਸੰਗਤ ਵੱਲੋਂ ਇੱਕ ਪ੍ਰਾਰਥਨਾ ਪੱਤਰ ਭੇਜਿਆ ਗਿਆ ਕਿ ਮਹਾਰਾਜ ਦਿੱਲੀ ਜ਼ਰੂਰ ਦਰਸ਼ਨ ਦਿਓ। ਗੁਰਦੇਵ ਨੇ ਕਿਹਾ ਕਿ ਸੰਗਤਾਂ ਦਾ ਹੁਕਮ ਮੰਨ ਕੇ ਦਿੱਲੀ ਜ਼ਰੂਰ ਜਾਵਾਂਗੇ, ਪਰ ਬਾਦਸ਼ਾਹ ਦੇ ਮੱਥੇ ਨਹੀਂ ਲੱਗਾਂਗੇ। ਮਾਤਾ ਕਿਸ਼ਨ ਕੌਰ, ਗੁਰਬਖਸ਼ ਮਸੰਦ ਅਤੇ ਕੁਝ ਹੋਰ ਮੁਖੀ ਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਦਿੱਲੀ ਨੂੰ ਤਿਆਰ ਹੋਏ। ਅਨੇਕਾਂ ਸੰਗਤਾਂ ਮਹਾਰਾਜ ਦੇ ਨਾਲ ਹੋ ਤੁਰੀਆਂ। ਜਿੱਥੇ ਵੀ ਗੁਰੂ ਮਹਾਰਾਜ ਪੜਾ ਕਰਦੇ ਸੀ ਹਜ਼ਾਰਾਂ ਲੋਕ ਦਰਸ਼ਨਾਂ ਨੂੰ ਆਉਂਦੇ ਸੀ, ਨਿਮਸ਼ਕਾਰਾਂ ਕਰਦੇ ਸੀ। ਜਦ ਗੁਰੂ ਮਹਾਰਾਜ ਅੰਬਾਲੇ ਦੇ ਕੋਲ ਪੰਜੋਖਰੇ ਆਏ, ਮਹਾਰਾਜ ਸੁਨਹਿਰੀ ਪਾਲਕੀ ਵਿੱਚ ਬਿਰਾਜਮਾਨ ਹਨ, ਹਜ਼ਾਰਾਂ ਲੋਕ ਨਿਮਸ਼ਕਾਰਾਂ ਕਰ ਰਹੇ ਹਨ। ਉੱਥੇ ਇੱਕ ਬ੍ਰਾਹਮਣ ਜਿਸ ਦਾ ਨਾਮ ਲਾਲ ਚੰਦ ਇਤਿਹਾਸ ਵਿੱਚ ਲਿਖਿਆ ਹੈ, ਬੜਾ ਹੰਕਾਰੀ ਸੀ, ਉਸਨੂੰ ਵਿੱਦਿਆ ਦਾ ਬੜਾ ਮਾਣ ਸੀ। ਉਹਨੇ 4 ਵੇਦ, 6 ਸ਼ਾਸਤਰ, 27 ਸਿਮਰਤੀਆਂ, 18 ਪੁਰਾਣ, ਉਪਨਿਸ਼ਦਾਂ, ਗੀਤਾ, ਰਾਮਾਇਣ ਦਾ ਅਧਿਐਨ ਕੀਤਾ ਸੀ। ਗੱਡਾ ਕਿਤਾਬਾਂ ਦਾ ਨਾਲ ਲਈ ਫਿਰਦਾ ਸੀ ਕਿ ਮੇਰੇ ਨਾਲ ਕੋਈ ਗੋਸ਼ਤ ਕਰੇ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਸੁਨਹਿਰੀ ਪਾਲਕੀ ਵੇਖੀ, ਉਹਨੇ ਸਿੱਖਾਂ ਨੂੰ ਆਣ ਕੇ ਐਂ ਪੁੱਛਿਆ, ਬਾਈ
ਸਿਰ ਗੁਰ ਅੱਠਵੇਂ